ਆ ਸਾਹਿਬ ਐ 32 ਪਾਰ ਕਰ ਗਈ ਹੈ। ਐਲਈਡੀ ਨੂੰ ਅੱਗ ਲੱਗ ਗਈ ਹੈ। ਘਰ ਦਾ ਸਮਾਨ ਸਾਰਾ ਸੜ ਗਿਆ। ਕੁਛ ਨਹੀਂ ਰਿਹਾ ਹੈਗਾ ਮੇਰਾ। ਮੈਂ ਬਰਬਾਦ ਹੋ ਗਈ ਹਾਂ। ਮੈਂ ਸਾਰਾ ਗੱਦੇ ਤੇ ਹੁਣ ਅਜੇ ਮੈਂ ਲਏ ਨਵੇਂ, ਸਾਰਾ ਸਮਾਨ ਨਵਾਂ ਹੌਲੀ ਹੌਲੀ ਕਰਕੇ ਬਣਾਉਂਦੀ ਰਹਿੰਦੀ ਹਾਂ। ਮੈਨੂੰ ਨੀ ਪਤਾ ਅੱਗ ਲੱਗ ਜਾਣੀ ਹੈ, ਕੀ ਬਾਣਾ ਵਰਤ ਗਿਆ ਮੇਰੇ ਨਾਲ। ਪਤਾ ਨੀ ਲੱਗਾ, ਸਬਜ਼ੀ ਲੈਣ ਗਈ ਅੰਦਰੋਂ ਨਿਕਲ ਕੇ, ਮੈਂ ਰਜਾਈ ਚ ਬੈਠੀ ਹਾਂ, ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ। ਮੈਂ ਅੰਦਰ ਆਈ ਆ, ਸਬਜ਼ੀ ਪੈਸੇ ਦੇਣ ਡਈ ਆ ਸਬਜ਼ੀ ਵਾਲਿਆਂ ਨੂੰ, ਅੰਦਰ ਆਈ ਭਬਾਕਾ ਮੱਚ ਗਿਆ ਵਾ। ਮੁੰਡੇ ਵਾਲਿਆਂ ਨੇ ਪੈ ਲੈ ਕੇ ਪਜਾਇਆ ਪਾਣੀ ਪਾ ਕੇ, ਉਹਨਾਂ ਨੇ ਪਾਣੀ ਪਾਇਆ ਸੀ। ਗਰੀਬ ਬੰਦੇ 2.5-3 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ। ਆਪੋ ਦਿਹਾੜੀ ਬੱਚੇ ਕਰਦਾ, ਬੱਚੇ ਕੱਖ ਨਹੀਂ। ਇਹ ਮਕਾਨ ਸਾਡਾ ਹੀ ਹੈ ਜੀ। ਕੀ ਹਾਲ ਚਾਲ ਹਾਸਾ ਭਾਜੀ? ਕੁਛ ਮੈਂ ਤੇ ਕੰਮ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ, ਜੇ ਆਇਆ ਤੇ ਆਉਂਦਿਆਂ ਨੂੰ ਸੜ ਕੇ ਫੁੱਟ ਗਿਆ, ਸਭ ਕੁਛ ਸਵਾਹ ਹੋ ਗਿਆ। ਤੇ ਇਹ ਕਿਤੇ ਸਬਜ਼ੀ ਲੈਣ ਦੇ ਸੀ, ਬਾਹਰ ਗਲੀ ਦੇ ਨਾਲ ਹੀ ਖਲੋਤੀ ਸੀ ਇਹ, ਤੇ ਸਬਜ਼ੀ ਲੈਣ ਆਈ ਤੇ ਵੇਖਿਆ ਅੰਦਰ ਨੂੰ ਅੱਗ ਲੱਗੀ ਆ। ਨੁਕਸਾਨ 2.5-3 ਲੱਖ ਦਾ ਜੀ ਹੋ ਗਿਆ ਜੀ। ਰਿਹਾ ਕੁਛ ਨੀ, ਮਗਰ ਬਚਿਆ ਨੀ ਕੁਛ ਵੀ। ਹਾਂਜੀ, ਅੱਗ ਤਾਂ ਇਹ ਨੀ ਪਤਾ ਲੱਗਾ ਕੁਛ ਵੀ, ਸਹੀ ਸਾਰੇ ਅੰਦਰ ਬੈਠੇ ਸਨ, ਬਾਹਰ ਸਬਜ਼ੀ ਲੈਣ ਗਈ ਤੇ ਮਗਰੋਂ ਅੱਗ ਲੱਗ ਗਈ। ਬਚਾ ਤੇ ਮਹੱਲੇਦਾਰਾਂ ਨੇ ਆ ਕੇ ਪਾਣੀ ਪੂਣੀ ਪਾਇਆ ਸਾਰਿਆਂ ਨੇ, ਤੇ ਤਾਂ ਬਚਾ ਹੋਇਆ। ਬਚਾ ਕਾਹਦਾ ਹੋਇਆ? ਉੱਥੇ ਬਾਹਰ ਹੀ ਕੱਢਿਆ ਸਾਰਾ ਸਮਾਨ, ਬਚਾ ਉੱਥੇ ਤਾਂ ਹੈ ਕੁਛ ਨੀ, ਸਿਰਫ ਅੱਗ ਹੀ ਬੁਝਾਈ ਹੈ।